سبحان اللہ، یہ اللہ کے بڑے حسین نام ہیں۔
کی احادیث موجود ہے، 99 نہ ہوں تاں بھی اللہ ایک ہے، سبحان اللہ، 14 ہوں اے جو سورہ حشر چ کا کنے بیان کیتا 14، ویسے تے میں 99 دا بھی پارے نا، ایتھے 14 پڑھ کے میں ساتھ لایا ہے، اللہ کی جانتا ہے اے جن 14 سبحان ہے نا دوسرے نے مان جائے، سورت مار کا یونیورسٹی 106 نمبر آئے تھے جی، انہیں ساڑھے واسطے بنت کر کے اتنے بھی
ਨੇ ਜਿਹੜਾ ਅਲੀ ਨਾ ਹੋਵੇ ਤੇਰੇ ਲਈ ਇਹ ਸਾਡਾ ਮੁਸਲਮਾਨ ਦੀ ਗੱਲ ਸੁਣ ਕੇ ਸਾਨੂੰ ਦੀਨ ਦਾ ਹੀ ਪਤਾ ਆ ਜਾਂਦਾ ਹੈ।
ਸਾਡੇ ਕੋਲ ਮੁਕਾਬਲਾ ਹੈ
نمائندگان سارے شرط کی صدا مغرب کے ایمانوں سے سن اور ایران میں ذرا بادم کی تیاری کی پڑھ کے اپنا مطلب کرتے ہوئے
حسنہ اسی اللہ کے اچھے اچھے سارے والے بہت اچھے نام ہیں. ہن میں سارے نام ترجمہ کر دینے کا خدا دی مہربانی. اللہ فرماتا ہے اللہ کو جاننے جیے نہ جاننے کی وہ ایک ہے یہ بہت بڑا ہے. اچھا میرے نام جاننے جی جاننے ہن اللہ نے فرمایا فادعوہ بہا فادعوہ بہا. اللہ تو کوئی نہیں بلندی واسطے اشارہ پہ کرنا فادعوہ بہا فادعوہ بہا. میں کہیں کر کے بننا میرے نام ایدر اللہ فادعوہ بہا. اے مسلمانوں اسے پکارو ان کے ذریعے چاہتا سی کہ آدمی خدا نام مرے گی جو بادشاہ وہ کہتا سی
ਇਹ ਨਾ ਉਹ ਬੰਦਾ ਪੁੱਛੇ ਬਿਨਾ ਆਹ ਯਾਰ ਤੁਹਾਨੂੰ ਤੇ ਮੈਨੂੰ ਇਹ ਨਾ ਉਹ ਬੰਦਾ ਪੁੱਛੇ ਅਜੇ ਤੇ ਮੂੰਹ ਝੁਕਾ ਕੇ ਇਹ ਨਾ ਉਹ ਬੰਦਾ ਪੁੱਛੇ ਮੈਂ ਜਿਸੀ ਦੱਸਦੇ ਜ਼ਰੂਰ ਹਾਂ ਪਰ ਜੇ ਕੋਈ ਬੰਦਾ ਪੁੱਛੇ ਮਾਸਟਰ ਜੀ ਆਉਂਦੇ ਸਰ ਜੀ ਆਉਂਦੇ ਸਰ ਜੀ ਆਉਂਦੇ
ਤੇ ਜਿਹਦਾ ਸ਼ਾਗਿਰਦ MBBS ਕਰ ਗਿਆ ਨਾ ਪੜ੍ਹ ਪੜ੍ਹ ਕੇ ਉਹਦਾ ਦਿਲ ਕਰਦਾ ਆ ਸਾਰੇ ਦਿਨ ਅੱਗੇ ਸਰਦੀ ਆ ਮੇਰੇ ਤੂੰ ਵੀ ਇੱਕ ਵਾਰੀ ਸਰਦੀ ਆ ਲੈ ਕੇ ਨਾ ਤੇ ਨਬੀ ਫਰਮਾਇਆ ਬਿਲਾਲ ਖੈਰ ਨਾ
ਸਭ ਸਾਲ ਕਹਿਣ ਲੱਗਿਆ ਮੇਰਾ ਘਰੇ ਦੁਆਰ ਲੱਗਿਆ ਦੁਕਾਨਾਂ ਸਾਰੀਆਂ ਬੰਦ ਹੋਣ ਸਿਆਲਕੋਟ ਦੀਆਂ ਮਾਰਕੀਟਾਂ ਬੰਦ ਹੋਣ ਤੇ ਬੰਦਾ ਕਿ ਯਾਰ ਅੱਜ ਮਾਰਕੀਟਾਂ ਵੀ ਬੰਦ ਨੇ ਡਾਇਰੈਕਟਰ ਵੀ ਟ੍ਰਾਂਸਫਾਰਮਰ ਸੜ ਗਏ ਸ਼ਾਮ ਤੱਕ ਲਾਈਟ ਖੜਨੀ ਨਹੀਂ ਤਾਂ ਉਹ ਮੂੰਹ ਤੇ ਆ ਗਿਆ ਇਹ ਤੋਂ ਜਨਰੇਟਰ ਲੱਗੇ ਤੇ ਜੇ ਜਨਰੇਟਰ ਸਾਹਮਣੇ ਘਰ ਚੋ ਗਏ ਤੇ ਉਹਦੀ ਵਜੀ ਹੋ ਗਈ ਤੇ ਮਾਰੇ ਮਕਾਨ ਉੱਥੇ ਨਾਲ ਨਜ਼ਰ ਆਏ ਉਹਦੇ ਜਿੱਦਾਂ ਮਾਰ ਕੇ ਕਿਤੇ ਟੁੱਟ ਗਿਆ ਬੰਦੇ ਦਾ ਦਿਲ ਕਰਦਾ ਜਨਰੇਟਰ ਨੂੰ ਵੇਖ ਕੇ ਕਦੀ ਆਪ ਹੀ ਖੁੱਲ ਗਿਆ ਤੁਹਾਡੀ ਬਾਤ ਕਦੀ ਆਪ ਹੀ ਖੁੱਲ ਗਿਆ ਤੈਨੂੰ ਜਨਰੇਟਰ ਲੈ ਕੇ ਬਾਰੀ ਪਰਾਂ ਨਹੀਂ ਚਾਹੇ ਉਹ ਪਤਾ ਕਰ ਸੁਣੋ ਕਿੱਥੇ ਉਹਦਾ ਬਾਪੂ ਫੋਨ ਹੈ ਅੱਡੇ ਤੇ ਉੱਤਰ ਗਿਆ ਹੋਏ ਹੋਏ ਉਹ ਲੈਟ ਸ਼ਾਮ ਤੱਕ ਆਉਣੀ ਨਹੀਂ ਰਿਸ਼ਤੇਦਾਰੀ ਹੋਣ ਲੱਗੀ ਹੈ ਨਵੀਂ ਨਵੀਂ ਉਹਨੂੰ ਆ ਚਾਬੀ ਦੇ ਲੈ ਜਾ ਜਨਰੇਟਰ ਪਰਾਉਣੇ ਨੂੰ ਚਲਾ
ਤੁਹਾਡੇ ਸਮਝ ਆ ਸਕਦਾ। ਜਾਦੇ ਕਰਦੇ ਪਰ ਪਸਰ ਕੇ ਕਰ ਤੋ ਅਪੇ ਕੋ ਜੀ ਜਾਦਾ ਲਾਜ ਸਦੀਆ ਉਦਰ ਕੇ ਕੁੜੀਆ ਸੰਤੋ ਮੇ ਤੋ ਕਿਆ ਹੋਗਾ ਆ ਰੇ ਸਦੀਆ ਉਦਰ ਕੇ ਕੁੜੀਆ ਸੰਤੋ ਮੇ ਤੋ ਕਿਆ ਹੋਗਾ।
ਮੈਂ ਸੁਖਾ ਗਿਆ ਇਹ ਸੁਖਾ ਗਿਆ ਤੇ ਬਾਕੀ ਵੀ ਸੁਖਾ ਜਾਣੇ ਪੁਰਾਣੇ ਬਾਬੇ ਨੂੰ ਮਾਫੀ ਚਾਹ ਰਹੇ ਪੁਰਾਣੇ ਬਜ਼ੁਰਗ ਜਿਹਨੂੰ ਕਰੋ ਨੂੰ ਦੱਸੀ ਕਿਸੇ ਨੂੰ ਕਹਿੰਦੀ ਪੁਰਾਣੇ ਜ਼ਮਾਨੇ ਉਹ ਦਵਾਈ ਲੈ ਆਉਂਦਾ ਸੀ ਕਹਿੰਦਾ ਸੀ ਇੱਕ ਤੱਖ ਮੱਖਣ ਚ ਰੱਖ ਕੇ ਖਾਣਾ ਜਿਹਨੇ ਇੱਦਾਂ ਮੱਖਣ ਦਾ ਪੇੜਾ ਸਵੇਰੇ ਖਾਧਾ ਹੋਵੇ ਵਿੱਚ ਤੱਖ ਹੋਵੇ ਤੇ ਭਾਵੇਂ ਤੱਖ ਵੀ ਨਾ ਹੋਵੇ ਬੰਦੇ ਦਾ ਮੂੰਹ ਤੇ ਲਾਲ ਹੋ ਜਾਂਦਾ ਥੱਕ ਗਿਆ ਤੇ ਫਿਰ ਬਜ਼ੁਰਗ ਕੀ ਆਉਂਦੇ ਸਨ ਮੈਨੂੰ ਹਕੀਮ ਦੀ ਦਵਾਈ ਸਫਾ ਗਈ ਦਵਾਈ ਕਿਸੇ ਸੁਖਾ ਦੀ ਤੈਨੂੰ ਉਹ ਬਾਦਸ਼ਾਹ ਦੀ ਸੁਖਾਣੇ ਜਿਹੜੇ ਮੈਂ ਦੱਸਣੇ ਤੈਨੂੰ ਉਹ ਦੱਸਣਾ ਜਿਹੜੇ ਤੈਨੂੰ ਸੁਖਾ ਗਏ ਮਸਲਨ ਅੱਲਾ ਫਰਮਾਨਾ ਅਲੰਤਰ ਜਲਦੀ ਹਾਜਾ ਇਬਰਾਹੀਮ ਫੀ ਰੱਬੀ ਮੇਰੇ ਹਬੀਬ ਕਹਿ ਤੂੰ ਉਸ ਬੰਦੇ ਕੋ ਨਹੀਂ ਦੇਖਾ ਤੂੰ ਉਸ ਬੰਦੇ ਕੋ ਨਹੀਂ ਜਾਣਤਾ ਬੋਲਾ ਜੋ ਇਬਰਾਹੀਮ ਸੇ ਝਗੜਾ ਕਰਤਾ ਹੈ ਰੱਬ ਕੇ ਮਾਮਲੇ ਮੇਂ ਰੱਬ ਕੇ ਮਾਮਲੇ ਮੇਂ ਇਬਰਾਹੀਮ ਸੇ ਲੜਤਾ ਹੈ ਸਾਰੀ ਬਾਦਸ਼ਾਹੀ ਵੀ ਦੇ ਇਹਦਾ ਮਤਲਬ ਹੈ ਕਿ ਇਬਰਾਹੀਮ
نماز جنازہ کسی بھی درود ابراہیمی پڑھ شیعہ نماز جنازہ درود ابراہیمی پڑھ اہل سنت دوست نماز واجب ہے تمہاں سننے کا لئے ابراہیم بارا آر ابراہیم جنہ بندہ شام دا سست ہوئے ہیں نا علی والا اس جملے تک سست رہ نہیں سکتا بیمار بھی ہار جائے گا میرے مولا کے فضل تیرے میں پہلے تو لگا لیکن مولوی جے تے آل ابراہیم نماز میں بیچے نا تے ابو طالب بیچی Thank you.
شاید نفسر پڑھنا بی بی پاک رباب دے نا ایک پیغام ہے تے اسی دے نہیں سکتے تہاڈے پر تے سلامت رکھ سر میرے پیچھے پیچھے کرا دے ایک بار یاد تو ماں علی اصغر دی کہہ دیتا ہوں میرے خیال کہہ دیتا ہوں میری بیٹی نے کہہ دیتا ہوں اے والدہ والدہ علی اصغر دی بی بی سکینہ دی مادر گرامی ساری زندگی علی اصغر کے چولہے دیا لکڑیاں چادر کے پلے لگ لگوائیے Thank you.
ਕਰ